ਅਸਲਾਮ ਵਾਲੇਕੁਮ ਰਹਿਮਤੁਲਾ। ਉਮੀਦ ਸਾਰੇ ਠੀਕ ਹੋ ਗਿਆ। ਆਵਾਜ਼ਾਂ ਤੁਹਾਨੂੰ ਆ ਰਹੀਆਂ ਹੋਣੀਆਂ ਨੇ, ਜਿਵੇਂ ਕੁੱਤੀ ਚੀਕਾਂ ਮਾਰੀ ਹੁੰਦੀ ਉਹਨੂੰ ਵੱਟਾ ਮਾਰੋ। ਅਤੇ ਇਹਦਾ ਇਲਾਜ ਮੈਂ ਤੁਹਾਨੂੰ ਦੱਸਣਾ। ਇਹ ਵੇਖੋ, ਈਬੇ ਦੇ ਉੱਤੋਂ ਇਹ ਤੁਸੀਂ ਬੈਰਿੰਗ ਮੰਗਾਉਣਾ ਵੇ ਡਰਾਇਰ ਦਾ, ਠੀਕ ਹੈ। ਇਹ ਮੈਂ ਕੁਛ ਅਰਸਾ ਪਹਿਲੇ ਮੰਗਾਇਆ ਸੀ, ਉਹ ਨਕਲੀ ਸੀ ਅਤੇ ਉਹ ਜਲਦੀ ਖਰਾਬ ਹੋ ਗਿਆ 3 ਮਹੀਨੇ 'ਚ। ਇਹ ਓਰੀਜਨਲ ਮੇਕ ਸ਼ੋਰ ਕਰਨਾ ਤੁਸੀਂ ਮੰਗਾਉਣਾ ਆਪਣੇ ਜਿਹੜੀ ਵੀ ਕੰਪਨੀ, ਹੋਟ ਪੁਆਇੰਟ ਹੈ ਜਾਂ ਜਿਹੜੀ ਵੀ ਹੈ। ਸਿੰਪਲ ਹੈ, ਪਿੱਛੋਂ ਕਵਰ ਲਾ ਲਿਆ ਤੁਸੀਂ, 2 ਸਕਰੂ ਨੇ ਉਹਦੇ। ਉਸ ਤੋਂ ਬਾਅਦ ਇਹ ਸਾਹਮਣੇ ਨਜ਼ਰ ਆ ਰਿਹਾ ਤੁਹਾਨੂੰ, ਇਹਨੂੰ ਤੁਸੀਂ ਇਹ ਸਟਾਰ ਕੀ ਨਾਲ ਖੁੱਲ੍ਹੇਗਾ, ਇਹਨੂੰ ਖੋਲ੍ਹ ਲੈਣਾ ਆਰਾਮ ਨਾਲ ਖੋਲ੍ਹ ਕੇ। ਅਤੇ ਉਸ ਤੋਂ ਬਾਅਦ ਤੁਸੀਂ ਕੀ ਦੇਖਣਾ ਕਿ ਤੁਹਾਨੂੰ ਇਹ ਪਿੰਨ ਜੀ ਨਜ਼ਰ ਆ ਰਹੀ ਹੋਏਗੀ, ਇਹ ਪਿੰਨ ਇਹਨੂੰ ਤੁਸੀਂ ਸਿੱਧਾ ਕਰਨਾ, ਠੀਕ ਹੈ। ਜਿਹੜਾ ਕਿੱਲ ਸਿੱਧਾ ਹੁੰਦਾ ਨਾ, ਉਹਨੂੰ ਫਿਰ ਠੋਕ ਦੇਣਾ ਸਾਈਡ ਤੋਂ, ਠੀਕ ਹੈ। ਤੁਹਾਨੂੰ ਪਤਾ ਦੁਨੀਆ ਵੀ ਇੰਝ ਹੀ ਕਰਦੀ, ਜਿਹੜਾ ਬੰਦਾ ਸਿੱਧਾ ਉਹਨਾਂ ਨੂੰ ਠੋਕ ਦਿਆ ਜਾਂਦਾ ਹੈ। ਇਹਨੂੰ ਠੋਕ ਕੇ ਅਤੇ ਇਹਨੂੰ ਤੁਸੀਂ ਇੱਕ ਸਾਈਡ ਤੋਂ ਪੁੱਲ ਜਾਂ ਇੱਕ ਸਾਈਡ 'ਤੇ ਕੱਢੋਗੇ, ਨਿਕਲ ਜਾਏਗਾ ਬਾਹਰ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਇਹਨੂੰ ਕੱਢ ਲੈਣਾ ਜਾਂ ਵੇਖੋ ਇਹ ਟੁੱਟਾ ਹੋਇਆ। ਇਹ ਵੇਖਿਆ ਜੀ, ਇਹ ਬੈਰਿੰਗ ਜਿਹੜਾ ਟੁੱਟ ਗਿਆ ਚੱਲ ਚੱਲ ਕੇ, ਅਤੇ ਉਹਦੀ ਆਵਾਜ਼ ਆ ਰਹੀ ਸੀ। ਸੋ ਇਹ ਅਕਸਰ ਟੁੱਟ ਜਾਂਦਾ ਅਤੇ ਲੋਕ ਕਹਿੰਦੇ ਨੇ ਜੀ ਖਰਾਬ ਹੋ ਗਿਆ, ਅਤੇ ਐਵੇਂ ਨੁਕਸਾਨ ਤੁਸੀਂ ਨੇ ਸਿਰਫ 5 ਪਾਉਂਡ ਦਾ ਆਉਂਦਾ, ਬਲਕਿ 4 ਪਾਉਂਡ ਦਾ ਵੀ ਆ ਜਾਂਦਾ। ਲੇਕਿਨ ਲੈਣਾ ਓਰੀਜਨਲ, ਉੱਤੇ ਲਿਖਿਆ ਹੋਏਗਾ ਜੈਨੀਅਨ, ਉਹ ਆਰਡਰ ਕਰਨਾ ਤੁਸੀਂ, ਠੀਕ ਹੈ ਜੀ। ਉਸ ਤੋਂ ਬਾਅਦ ਜਨਾਬ ਹੈ, ਤੁਸੀਂ ਵਾਪਸ ਇਹਨੂੰ ਥੋੜ੍ਹਾ ਜਿਹਾ ਕਲੀਨ ਕਰ ਲੈਣਾ ਮੈਂ, ਜਦੋਂ ਲੱਤ 'ਚ ਸਹੀ ਤਰ੍ਹਾਂ, ਠੀਕ ਹੈ। ਇਹਨੂੰ ਥੋੜ੍ਹਾ ਜਿਹਾ ਪੁਸ਼ ਕਰਕੇ ਲਾਹ ਲੈਣਾ ਮੈਂ, ਵਿੱਚ ਉਹਦਾ ਵਜ਼ਨ ਹੁੰਦਾ ਨਾ ਪੂਰਾ ਜਿਹੜਾ ਅੰਦਰ ਡਰੰਮ ਹੈ। ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਇਹਨੂੰ ਕੱਢ ਲੈਣਾ, ਠੀਕ ਹੈ ਜੀ। ਇਹਦੇ ਹਾਲਾਤ ਵੇਖ ਲਓ, ਸਮਝ ਆ ਗਈ ਜੀ। ਇਹ ਦੇਖੋ ਟੁੱਟਾ ਹੋਇਆ, ਟੁੱਟਾ ਹੋਇਆ ਸਾਰਾ। ਫਿਰ ਇਹਨੂੰ ਤੁਸੀਂ WD ਥੋੜ੍ਹਾ ਸਪਰੇ ਮਾਰ ਲਓ, WD ਸਪਰੇ ਮਾਰ ਲਓ ਕਿ ਜ਼ਰਾ ਰਵਾਂ ਹੋ ਜਾਏਗਾ। ਉਸ ਤੋਂ ਬਾਅਦ ਤੁਸੀਂ ਨਵੇਂ ਨੂੰ ਕੱਢਣਾ ਪੈਕਟ 'ਚੋਂ। ਇਹ ਦੇਖੋ, ਇਹ ਨਵੇਂ ਦੀ ਸ਼ਕਲ ਹੈਗੀ, ਇਹ ਨਵਾਂ ਕੱਢ ਕੇ, ਅਤੇ ਮੇਕ ਸ਼ੋਰ ਕਰਨਾ ਡਰੰਮ 'ਚ ਚੀਜ਼ਾਂ ਨਾ ਹੋਣ, ਕਿਉਂਕਿ ਹੁਣ ਇਹ ਫੁੱਲ ਹੈਗਾ ਸੀ, ਦੇਖਣਾ ਮੇਰੇ ਕੋਲ ਜੇ ਲੱਗ ਜਾਂਦੇ ਤੇ, ਵਰਨਾ ਇਹਨੂੰ ਮਿਡਲ 'ਚ ਹੋਣਾ ਚਾਹੀਦਾ, ਜਿਹੜੀ ਇਹਦੀ ਸਾਈਡ 'ਤੇ ਕਿਨਾਰੀ ਬਣੀ ਉਹ ਅੰਦਰ ਫਸਣੀ ਚਾਹੀਦੀ, ਠੀਕ ਹੈ ਜੀ। ਉਹਨੂੰ ਤੁਸੀਂ ਫਸਾ ਕੇ ਉਸ ਤੋਂ ਬਾਅਦ ਜਨਾਬ ਇਹਨੂੰ ਤੁਸੀਂ ਫਿੱਟ ਕਰ ਦੇਣਾ ਜਿਵੇਂ ਖੋਲ੍ਹਿਆ, ਬੜਾ ਸਿੰਪਲ ਹੈਗਾ। ਉਹਨੂੰ ਖੋਲ੍ਹ ਦਿਓ ਅਤੇ ਉਹਨੂੰ ਉਹਦੇ ਵਿੱਚ ਆਪਣੀ ਜਗ੍ਹਾ ਬਿਠਾ ਕੇ ਥੋੜ੍ਹਾ ਪ੍ਰੈੱਸ ਕਰਨਾ, ਇਹਨੂੰ ਥੋੜ੍ਹਾ ਜਿਹਾ ਸੱਟ ਲਾ ਲੈਣਾ। ਪ੍ਰੈੱਸ ਹੋ ਗਿਆ ਤਾਂ ਪੇਜ ਟਾਈਟ ਕਰ ਦੇਣਾ, ਪੇਜ ਟਾਈਟ ਜੂੰ ਹੀ ਕਰ ਲਓਗੇ। ਅਤੇ ਉਸ ਤੋਂ ਬਾਅਦ ਜਿਹੜੀ ਪਿੰਨ ਹੈ, ਉਹ ਪਿੰਨ ਜਿਹੜੀ ਉਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਕੱਢੀ ਸੀ, ਵਾਪਸ ਫਸਾ ਕੇ ਉਹਨੂੰ ਫਿਰ ਸਾਈਡਾਂ ਤੋਂ ਟੇੜਾ ਕਰ ਦੇਣਾ, ਕਿ ਉਹ ਜਦੋਂ ਚੱਲੇਗਾ ਨਾ ਤਾਂ ਨਿਕਲੇ ਨਾ। ਅਕਸਰ ਤੁਸੀਂ ਦੇਖੀ ਹੋਣੀ ਆ ਬਾਲ ਜੁਆਇੰਟ ਵਗੈਰਾ ਜਾਂ ਇਹੋ ਜਿਹੀ ਚੀਜ਼ਾਂ ਦੇ ਗੱਡੀ 'ਚ ਵੀ ਐਂਡ 'ਤੇ ਲੱਗੀ ਹੁੰਦੀ ਪਿੰਨ, ਸੇਫਟੀ ਵਾਸਤੇ ਕਿ ਨਿਕਲੇ ਨਾ। ਇਹੀ ਇਹ ਚੀਜ਼ ਹੈ ਇਹਦੀ ਸੇਫਟੀ। ਜਦੋਂ ਲੱਗ ਗਈ ਤਾਂ ਦੁਬਾਰਾ ਉਸ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਲਾਇਆ ਸੀ ਉਹਦਾ ਕਵਰ, ਵਾਪਸ ਕਵਰ ਲਾ ਦਿਓ ਪਲਾਸਟਿਕ ਦਾ ਉੱਤੇ, ਠੀਕ ਹੈ ਨਹੀਂ। ਅਤੇ ਜਦੋਂ ਪਲਾਸਟਿਕ ਦਾ ਕਵਰ ਤੁਸੀਂ ਉਹਨੂੰ ਦੁਬਾਰਾ ਲਾ ਦੇਣਾ ਵੇ, ਤਾਂ ਤੁਹਾਡਾ ਕੰਮ ਹੋ ਗਿਆ। ਸਿੰਪਲ ਜੀ ਜੋਬ ਹੈਗੀ ਹੈ, 4 ਪਾਉਂਡ ਤੁਹਾਡਾ ਕੰਮ ਹੋ ਗਿਆ, ਠੀਕ ਹੈ ਜੀ। ਅਤੇ ਆਵਾਜ਼ ਤੁਹਾਡੀ ਖਤਮ ਹੋ ਜਾਏਗੀ, ਜਿਹੜੀ ਹੈ ਚੀ 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 ਕਰ ਰਹੀ, ਔਰ ਬੜੀ ਹੈਵੀ ਕਿਸਮ ਦੀ ਆਵਾਜ਼ ਹੁੰਦੀ ਹੈ।